ਵਾਇਦਰੂ ਜੀ ਕੀ ਫਤਿਹ ਮੈਂ ਆਪਣੇ ਜਿਹੜੇ ਵਿਚਾਰਾਂ ਕੇਵਲ ਖੇਤੀ ਕਾਨੂੰਨਾਂ ਤੱਕ ਹੀ ਮਹਦੂਦ ਰੱਖਾਂਗਾ ਕਿਉਂਕਿ ਬੜਾ ਪੰਬਲ ਪੁੱਸਿਆ ਔਰ ਸਰਕਾਰ ਬੜਾ ਗੁੰਮਰਾ ਕਰ ਰਹੀ ਹੈ ਰੋਜ਼ਾਨਾ ਸਾਨੂੰ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਔਰ ਆਸੇ-ਪਾਸੇ ਵੀ ਬੜੇ ਪ੍ਰੈਸ਼ਰ ਨੇ ਤੇ ਤੁਸੀਂ ਬਾਕੀ ਭਾਸ਼ਣਾ ਨੂੰ ਸਾਈਡ ਤੇ ਰੱਖਦੇ ਹੋਏ ਖੇਤੀ ਕਾਨੂੰਨਾਂ ਦੇ ਲਾਭ ਮੰਦੀ ਜ਼ਿਆਦਾ ਕਰੋ ਜਿਹੜੀ ਸਾਡਾ ਲੜਾਈ ਦਾ ਮੁੱਖ ਧੁਰਾ ਹੈ ਬਹੁਤ ਵਾਰੀ ਵਿਚਾਰਾਂ ਹੋਈਆਂ ਨੇ ਮੋਦੀ ਜੀ ਕਹਿੰਦੇ ਨੇ ਕਿ ਕਾਨੂੰਨ 20 ਸਾਲ ਦੀ ਮਿਹਨਤ ਤੋਂ ਬਾਅਦ ਬਣਾਏ ਮੈਂ ਕਾਨੂੰਨਾਂ ਦਾ ਜ਼ਿਕਰ ਨਹੀਂ ਕਰਨਾ ਕਾਨੂੰਨ ਕੀ ਨਾ ਤੁਹਾਨੂੰ ਪਤਾ ਹੈ ਉਹਦੇ ਵਾਰੀ ਬਹੁਤ ਵਿਚਾਰਾਂ ਪਹਿਲਾਂ ਕੀਤੀਆਂ ਨੇ ਇਹਦਾ ਪਿਛੋਕੜ ਕੀ ਹੈ ਬਣੇ ਕਿਸ ਤਰ੍ਹਾਂ ਆਪਾਂ ਉਹਦੇ ਵਿੱਚ ਜਾਣਾ ਜਿਹਨੂੰ ਮੋਦੀ ਕਹਿੰਦਾ ਕਿ 20 ਸਾਲ ਦੀ ਮਿਹਨਤ ਕੀਤੀ ਬਹੁਤ ਜ਼ਿਆਦਾ ਸਾਡੇ ਨਾਲ ਮੀਟਿੰਗ 'ਚ ਬਹੁਤ ਵਾਰੀ ਕਿਹਾ ਕਿ ਅਜੇ ਹਾਂ ਨਹੀਂ ਕਿ ਕਾਨੂੰਨ ਇੱਕਦਮੀ ਆ ਗਏ ਸਰਕਾਰ ਨੇ 20 ਸਾਲ ਦੀ ਮਿਹਨਤ ਕੀਤੀ ਖੇਤੀ ਬੜੀ ਮਹਰ ਉਹਨਾਂ ਨਾਲ ਵਿਚਾਰ ਕੀਤਾ ਬਹੁਤ ਵੱਡੇ ਜਿਹੜੇ ਐਕਸਪਰਟਸ ਆ ਉਹਨਾਂ ਨਾਲ ਵਿਚਾਰ ਕੀਤਾ ਬੜੀਆਂ ਵੱਡੀ ਪੱਧਰ ਦੇ ਕਨੇ ਸਲਾਹਾਂ ਲੈਂਤੀਆਂ ਨੇ ਤਾਂ ਇਹ ਕਾਨੂੰਨ ਬਣਾਏ ਨੇ ਕਹਿੰਦੇ ਕਾਂਗਰਸ ਸਰਕਾਰ ਜਿਹਨੇ ਦੇਸ਼ ਦੇ 60 ਸਾਲ ਰਾਜ ਕੀਤਾ ਦੇਸ਼ ਤੇ ਉਹਨੇ ਕਦੇ ਅਜਿਹੇ ਕਾਨੂੰਨ ਬਣਾਏ ਨਹੀਂ ਇਹ ਕਾਨੂੰਨ ਤਾਂ ਖੇਤੀਬਾੜੀ 'ਚ ਇਨਕਲਾਬ ਕੀਤਾ ਇੱਕ ਤਾਂ ਗੱਲ ਉਹ ਕਹਿੰਦਾ ਦੂਸਰੀ ਗੱਲ ਜਦੋਂ 2014 ਦੀ ਇਲੈਕਸ਼ਨ ਹੋਈ ਤੁਸੀਂ ਯਾਦ ਕਰੋ ਉਦੋਂ ਦੋ ਗੱਲਾਂ ਉਹਨਾਂ ਕਹੀਆਂ ਸੀ ਇੱਕ ਤਾਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਦੂਜਾ ਕਿ ਅਸੀਂ ਡਾਕਟਰ ਸੁਆਮੀਨਾਥਨ ਜਿਹੜਾ ਖੇਤੀਬਾੜੀ ਮਾਹਰ ਹੈ ਜਿਹੜਾ ਕਮਿਸ਼ਨ ਬਣਾਇਆ ਸੀ ਸਰਕਾਰ ਨੇ ਆਪ ਹੀ ਕਿ ਖੇਤੀਬਾੜੀ 'ਚ ਗੰਭੀਰ ਸੰਕਟ ਹੈ ਬਹੁਤ ਇਹਨੂੰ ਸੰਕਟ ਤੋਂ ਬਾਹਰ ਕੱਢਣਾ ਹੈ ਉਹਨਾਂ ਨੂੰ ਕਿਹਾ ਤੁਸੀਂ ਸਿਫਾਰਿਸ਼ਾ ਕਰੋ ਉਹਨਾਂ ਨੇ 2005 ਦੇ ਵਿੱਚ ਰਿਪੋਰਟ ਉਹਦੀ ਬਹੁਤ ਲੰਬੀ ਹੈ 1800 ਸਫਿਆਂ ਦੀ ਰਿਪੋਰਟ ਹੈ ਡਾਕਟਰ ਸੁਆਮੀਨਾਥਨ ਦੀ ਕਿਸਾਨ ਸਾਰੇ ਜਾਣਦੇ ਹੋ ਪਰ ਆਪਣੇ ਨਾਲ ਸਬੰਧਤ ਦੋ ਤਿੰਨ ਗੱਲਾਂ ਨੇ ਉਹਨਾਂ ਰਿਪੋਰਟ 2005 ਚ ਦਿੱਤੀ ਇੱਕ ਤਾਂ ਐਮਐਸਪੀ ਬਾਰੇ ਕਿਹਾ ਕਿ ਸੀ2+50% ਇਹਦਾ ਮੈਨਾ ਇਹ ਹੈ ਵੀ ਜਿੰਨੀ ਕਿਸਾਨ ਦੀ ਲਾਗਤ ਝੋਨਾ ਜਾਂ ਕਣਕ ਦਾ ਪਰ ਕੁੰਟਲ ਪੈਦਾ ਕਰਨ ਦੇ ਭਰਾਵੇ ਉਹ ਲਾਗਤ ਨੂੰ ਪਹਿਲਾਂ ਨਾਲ ਠੀਕ ਕੈਲਕੂਲੇਟ ਕਰੋ ਫਿਰ ਉਸੇ ਨੂੰ 50% ਮੁਨਾਫਾ ਦਿਓ ਅਗਲੀ ਗੱਲ ਉਸਨੇ ਕਹੀ ਕਿ ਕਿਸਾਨਾਂ ਨੂੰ ਕਰਜ਼ੇ ਹੁਣ ਦੇਖੋ ਜਿਹੜੇ ਕਰਜ਼ੇ ਸਾਨੂੰ ਮਿਲਦੇ ਨੇ ਸਰਕਾਰ 4% ਰੇਟ ਦੇ ਉੱਪਰ ਜਿਹੜੇ ਬਹੁਤ ਵੱਡੇ ਇੰਡਸਟਰੀਲਿਸਟ ਬਹੁਤ ਵੱਡੇ ਕਾਰਖਾਨੇਦਾਰ ਉਹਨਾਂ ਨੂੰ ਬਹੁਤ ਵੱਡੇ ਕਰਜ਼ੇ ਬਹੁਤ ਵੱਡੀ ਲੰਬੀ ਮਿਆਦ ਤੇ ਦੇ ਰਹੀ ਹੈ ਇਹ ਕਿਸੇ ਨੂੰ ਭਲੇਖਾਂ ਨਹੀਂ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਆਪਾਂ ਲਿਮਿਟਾਂ ਬਣਾਉਂਦੇ ਆ ਸਾਡੀ ਲਿਮਿਟਾਂ ਦੇ ਉੱਪਰ ਸਾਡੇ 10% ਖਰਚਾ ਹੈ ਔਰ ਡਾਕਟਰ ਸੁਆਮੀਨਾਥ ਨੇ ਉਦੋਂ ਕਿਹਾ ਕਿ ਕਿਸਾਨਾਂ ਨੂੰ ਵੀ 4% ਦੇ ਉੱਪਰ ਕਰਜ਼ੇ ਦਿਓ ਅੱਜ ਦਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਇਹ ਹੈ ਕਿਉਂਕਿ ਚਾਈਨਾ ਦੇ ਵਿੱਚ ਸਾਡੇ ਦੇਸ਼ ਦੇ ਇੱਕ ਪ੍ਰਾਂਤ ਕੇਰਲਾ ਦੇ ਵਿੱਚ ਕਿਸਾਨਾਂ ਨੂੰ 0% ਦੇ ਉੱਪਰ ਕਰਜ਼ੇ ਮਿਲਦੇ ਨੇ ਔਰ ਬਾਕੀ ਵਿਦੇਸ਼ਾਂ ਦੇ ਵਿੱਚ ਜਿਵੇਂ ਅਮਰੀਕਾ ਇੰਗਲੈਂਡ ਦੀ ਗੱਲ ਕਰੋ ਭਾਵੇਂ ਕਿਸਾਨ ਉੱਥੇ ਵੀ ਖੁਦਕਸ਼ੀਆ ਕਰਦੇ ਨੇ ਕਰਜ਼ੇ ਦੀ ਮਾਰ ਹੇਠ ਨੇ ਉੱਥੇ ਕਰਜ਼ਾ 1% ਦੇ ਉੱਪਰ ਮਿਲਦਾ ਹੈ ਬਹੁਤ ਲੰਬੀ ਮਿਆਦ ਦੇ ਉੱਪਰ ਪਰ ਸਾਡਾ ਗਰੀਬ ਦੇਸ਼ ਹੈ ਗਰੀਬ ਲੋਕ ਨੇ ਇੱਥੇ ਕਰਜ਼ਾ ਵੀ ਸਾਡੇ 15% ਖੇਤੀਬਾੜੀ ਦਾ ਭਾਅ ਵੀ ਕੋਈ ਨਹੀਂ ਖਰੀਦ ਦੀ ਗਰੰਟੀ ਕੋਈ ਨਹੀਂ ਇਸ ਲਈ ਡਾਕਟਰ ਸੁਆਮੀਨਾਥ ਨੇ ਇਹ ਡਿਟੇਲ ਰਿਪੋਰਟ ਦਿੱਤੀ ਸੀ 2005 ਦੇ ਵਿੱਚ 15 ਸਾਲ ਹੋ ਗਏ ਭਾਜਪਾ ਨੇ ਕਿਹਾ ਸੀ ਲਾਗੂ ਕਰਾਂਗੇ 2014 ਚ ਤੁਸੀਂ ਸਾਰਿਆਂ ਨੇ ਵੋਟਾਂ ਪਾਈਆਂ ਮੈਂ 15 ਲੱਖ ਦੂਜੇ ਵਾਦੇ ਨਹੀਂ ਗੱਲ ਨਹੀਂ ਕਰਦਾ ਮੈਂ ਖੇਤੀਬਾੜੀ ਤੱਕ ਹੀ ਮਹਦੂਦ ਕਰਾਂਗਾ ਤਾਂ ਇਹ ਕਿਹਾ ਪਰ ਉਸ ਤੋਂ ਬਾਅਦ ਸੁਪਰੀਮ ਕੋਰਟ ਗਏ ਜਦੋਂ ਐਫੀਆਰ ਦੇ ਕੇ ਕਹਿ ਦਿੱਤਾ ਕਿ ਨਹੀਂ ਇਹ ਨਹੀਂ ਕੀਤਾ ਜਾ ਸਕਦਾ ਜੇ ਕਿਸਾਨਾਂ ਨੂੰ C2 ਪਲੱਸ 50% ਨਾਲ ਉਹਨਾਂ ਦੇ ਜਿਹੜੇ ਜਨਸਾਂ ਨੇ ਭਾਅ ਦਿੱਤੇ ਆ ਦੇਸ਼ 'ਚ ਕਹਿੰਦੇ ਮਹਿੰਗਾਈ ਵੜੀ ਹੋ ਜਾਏਗੀ ਜਿਹੜਾ ਖਪਤਕਾਰ ਹੈ ਉਹਨੂੰ ਅਨਾਜ ਬਹੁਤ ਮਹਿੰਗਾ ਮਿਲੇਗਾ ਉਹਨੂੰ ਆਟਾ ਬਹੁਤ ਮਹਿੰਗਾ ਮਿਲੇਗਾ ਪਰ ਦੂਜੇ ਪਾਸੇ ਸਰਕਾਰ ਦਾ ਵੈਲਫੇਅਰ ਸਟੇਟ ਹੈ ਉਹਨਾਂ ਨੇ ਧਿਆਨ ਕਰਨਾ ਜਿਹੜਾ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹੈ ਕਿ ਖਪਤਕਾਰਾਂ ਨੂੰ ਮਜ਼ਦੂਰ ਲੋਕਾਂ ਨੂੰ ਆਪਣੇ ਆਪ ਅਨਾਜ ਆਟਾ ਸਸਤਾ ਦੇਵੇ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਨਾ ਕਿ ਕਿਸਾਨ ਦੇ ਗੜਦੇ ਪਰਿਸਕਿਸ ਦਾ ਜਿਹੜਾ ਦਬਾਅ ਪਾ ਕੇ ਇਹ ਕਿਸਾਨ ਨੂੰ ਬਿਲਕੁਲ ਉਹਨਾਂ ਬੇਨਸਾਫੀ ਕਰਕੇ ਇਹ ਕਰਨਾ ਸੀ ਦੂਜਾ ਇਹ ਸੀ ਇਸ ਲਈ ਨਾ ਗੱਲਾਂ ਦਾ ਇੱਕ ਪਛੋਕੜ ਸੀ 2005 ਦੇ ਵਿੱਚ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਉਸ ਤੋਂ ਪਹਿਲਾਂ ਇੱਕ ਵਿਸ਼ਵ ਵਪਾਰ ਜਥੇਬੰਦੀ ਜਿਹੜੀ ਬਹੁਤ ਚਰਚਿਤ ਹੈ ਬੜੇ ਬਲਾਰੇ ਇਥੇ ਕਹਿੰਦੇ ਨਾ ਆਰਥਿਕ ਮਹਾਰ ਨਿਹੜੇ ਦਵਿੰਦਰ ਸ਼ਰਮਾ ਵਰਗੇ ਤੁਹਾਨੂੰ ਕਈ ਵਾਰੀ ਦੱਸ ਕੇ ਗਏ ਵਿਸ਼ਵ ਵਪਾਰ ਜਥੇਬੰਦੀ 1994 ਦੇ ਵਿੱਚ ਹੋਣ ਦੇ ਵਿੱਚ ਆਈ ਜਿਹੜੇ ਅਮੀਰ ਦੇਸ਼ਾਂ ਦੇ ਗਲਬੇ ਵਾਲੀ ਜਥੇਬੰਦੀ ਹੈ ਉਹਦਾ ਮਤਲਬ ਕੀ ਹੈ ਕਿ ਸਾਰੇ ਦੇਸ਼ ਨੂੰ ਇੱਕ ਵਪਾਰਕ ਮੰਡੀ ਬਣਾਉਣਾ ਹੈ ਔਰ ਵਪਾਰ ਖੁੱਲਾ ਕਰਨਾ ਹੈ ਉਸ ਦੀਆਂ ਸਾਰੀਆਂ ਬੰਦਸਾਂ ਸਾਰੀਆਂ ਰੋਕਾਂ ਸਾਰੀਆਂ ਖਤਮ ਕਰ ਦੇਣੀਆਂ ਨੇ ਨਾ ਕਿਤੇ ਕੋਈ ਐਮਐਸਪੀ ਹੋਵੇ ਨਾ ਸਰਕਾਰੀ ਖਰੀਦ ਹੋਵੇ ਖੁੱਲੀ ਮੰਡੀ ਹੋਵੇ ਗਰੀਬ ਆ ਅਮੀਰ ਦੇਸ਼ ਨਾਲ ਜਿਹੜੇ ਉਹ ਮੁਕਾਬਲੇ ਦੇ ਉੱਪਰ ਆਪਣਾ ਜੜਾ ਵਪਾਰ ਕਰਨ ਉਹਨੇ 1994 ਜੋ ਬਣੀ ਔਰ 1995 ਦੇ ਵਿੱਚ ਹਰਾਨੀ ਇਹ ਹੈ ਕਿ ਸਾਡਾ ਦੇਸ਼ ਭਾਰਤ ਇੰਨਾ ਗਰੀਬ ਸੀ ਉਹਦਾ ਮੈਂਬਰ ਬਣ ਗਿਆ ਨਾ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਚ ਲਿਤਾ ਨਾ ਪਾਰਲੀਮੈਂਟ ਨੂੰ ਵਿਸ਼ਵਾਸ ਚ ਲਿਆ ਔਰ ਉਹਦਾ ਮੈਂਬਰ ਬਣਨ ਦਾ ਨਤੀਜਾ ਇਹ ਸੀ ਕਿ 1995 ਤੋਂ ਬਾਅਦ ਹੀ ਜਿਹੜੀ ਵਿਸ਼ਵ ਵਪਾਰ ਜਥੇਬੰਦੀ ਹੈ ਕਿਉਂਕਿ ਅਮੀਰ ਦੇਸ਼ਾਂ ਦੀ ਜਥੇਬੰਦੀ ਹੈ ਜਿਸ ਤਰ ਸੰਸਾਰ ਬੈਂਕ ਹੈ ਅੰਤਰਰਾਸ਼ਟਰੀ ਮੁਦਰਾ ਕੋਸ਼ ਹੈ ਜਿਹੜੇ ਸਾਮਰਾਜੀ ਵਿਸ਼ਵਿਕ ਕਰਨੀਆਂ ਨੀਤੀਆਂ ਚਲਾਉਂਦੇ ਨੇ ਵਿਸ਼ਵ ਵਪਾਰ ਜਥੇਬੰਦੀ ਦਾ ਸਿੱਧਾ ਸਬੰਧ ਹੈ ਜਿਹੜਾ ਉਹ ਖੇਤੀਬਾੜੀ ਨਾਲ ਸੀ ਸਾਡੇ ਦੇਸ਼ ਨੂੰ ਹੋਰ ਗਰੀਬ ਦੇਸ਼ਾਂ ਨੂੰ ਵੀ ਇਹ بار-बार ਹੁਕਮ ਚੜਾਏ ਗਏ ਕਿ ਬਹੁਤ ਹੋ ਗਿਆ ਹੁਣ ਤੁਸੀਂ ਛੱਡੋ ਇਸ ਨੂੰ ਐਮਐਸਪੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਖਤਮ ਕਰੋ ਸਾਰੀਆਂ ਖੁੱਲੇ ਮੈਦਾਨ ਦੇ ਵਿੱਚ ਚਾਹੇ ਕੋ ਗਰੀਬ ਦੇਸ਼ ਆ ਅਮੀਰ ਦੇਸ਼ ਉਹਨਾਂ ਨੂੰ ਮੁਕਾਬਲੇ ਦੀ ਮੰਡੀ ਦੇ ਵਿੱਚ ਆਪਣਾ ਮੁਕਾਬਲਾ ਕਰਨ ਦਿਓ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਗਰੀਬ ਦੇਸ਼ਾਂ ਦੇ ਕਿਸਾਨ ਨੇ ਉਹ ਅਮੀਰ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਆਰਥਿਕ ਮਹਾਰਾ ਨੇ ਕਿੰਨੇ ਵਾਰੀ ਸਾਨੂੰ ਦੱਸਿਆ ਹੈ ਕਿ ਅਮੀਰ ਦੇਸ਼ਾਂ ਦੇ ਕਿਸਾਨਾਂ ਨੂੰ ਬਹੁਤ ਭਾਰੀ ਸਬਸਿਡੀਆਂ ਨੇ ਅਮਰੀਕਾ 'ਚ ਕੇਵਲ 5% ਕਿਸਾਨ ਨੇ ਬਾਕੀ ਸਾਰੇ ਖੇਤੀਬਾੜੀ ਛੱਡ ਕੇ ਦੌੜ ਗਏ ਉਹ ਵੀ ਸਬਸਿਡੀਆਂ ਦੇ ਸਾਰੇ ਜਿਉਂਦੇ ਨੇ ਜੇ ਸਬਸਿਡੀ ਨਾ ਮਿਲੇ ਤਾਂ ਉਹਨਾਂ ਦਾ ਕਚੁੰਬਰ ਨਿਕਲ ਜਾਂਦਾ ਸਾਡੇ ਦੇਸ਼ ਦੇ ਅੰਦਰ ਜਿਹੜੀਆਂ ਸਬਸਿਡੀਆਂ ਭਾਵੇਂ ਸਾਨੂੰ ਬਿਜਲੀ ਤੇ ਐਮਐਸਪੀ ਤੇ ਕੀੜੇ ਮਾਰ ਦਵਾਈਆਂ ਤੇ ਵਿਸ਼ਵ ਵਪਾਰ ਜਥੇਬੰਦੀ ਦਾ ਹਦਾਇਤਾਂ ਨੇ ਕਿ ਸਾਰੀਆਂ ਨੂੰ ਖਤਮ ਕਰੋ ਇੱਕ ਤਾਂ ਸਰਕਾਰ ਉਦੋਂ ਤੋਂ ਹੀ ਇਸ ਦਬਾਅ ਦੇ ਵਿੱਚ ਚੱਲ ਰਹੀ ਹੈ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਹਨ ਸਾਡੀ ਸਰਕਾਰ ਜਾਂਦੀ ਹੈ ਹਰ ਵਾਰੀ ਸਮਾਂ ਲੈ ਕੇ ਆਉਂਦੇ ਨੇ ਕਿ ਜੀ ਸਾਨੂੰ 1 ਸਾਲ ਦੋ 2 ਸਾਲ ਦੋ ਅਸੀਂ ਐਮਐਸਬੀਬੀ ਖਤਮ ਕਰਾਂਗੇ ਸਰਕਾਰੀ ਖਰੀਦ ਵੀ ਖਤਮ ਕਰਾਂਗੇ ਸਬਸਿਡੀਆਂ ਵੀ ਖਤਮ ਕਰਾਂਗੇ ਕਿਉਂਕਿ ਸਾਨੂੰ ਅਨਾਜ ਸਸਤਾ ਲੋਕਾਂ ਨੂੰ ਦੇਣਾ ਪੈਂਦਾ ਉਹ ਸਮਾਂ ਦੇ ਦਿੰਦੇ ਨੇ ਜਿਹੜੀ ਲਾਸਟ ਮੀਟਿੰਗ 2017 ਦੇ ਵਿੱਚ ਹੋਈ ਜਿਸ ਦੇ ਵਿੱਚ ਮੈਂ ਆਉਣਾ ਉਹਦੇ ਵਿੱਚ ਸਰਕਾਰ ਨੇ 2 ਸਾਲ ਸਮਾਂ ਮੰਗਿਆ ਸੀ 2 ਸਾਲ ਕਿ 2 ਸਾਲ ਸਮਾਂ ਹੋਰ ਦੇ ਦਿਓ ਉਸ ਤੋਂ ਬਾਅਦ ਅਸੀਂ ਇਹ ਨੀਤੀ ਦਾ ਬੋਲਬਾਦ ਮੈਂ ਸਾਰਾ ਤਾਂ ਅੱਜ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਵਿਸ਼ਵ ਵਪਾਰ ਜਥੇਬੰਦੀ ਜਿਹੜਾ ਦਬਾਅ ਹੈ ਉਹਦੇ ਥੱਲੇ ਕੰਮ ਕਰ ਰਹੀ ਹੈ ਔਰ ਐਸੇ ਕਾਨੂੰਨ ਬਣਾ ਰਹੀ ਹੈ ਇਹਦੇ ਦੋ ਰਸਤੇ ਨੇ ਜਾਂ ਤਾਂ ਕਾਨੂੰਨ ਜਿਹੜੇ ਲੋਕਾਂ ਲਈ ਨਾ ਬਣਾਵੇ ਲੋਕਾਂ ਦੇ ਖਿਲਾਫ ਨਾ ਬਣਾਵੇ ਨਾ ਸਲਾਹ ਕਰਕੇ ਬਣਾਵੇ ਜਾਂ ਫਿਰ ਜਿਹੜੀ ਵਿਸ਼ਵ ਵਪਾਰ ਜਥੇਬੰਦੀ ਹੈ ਉਸ ਤੋਂ ਬਾਹਰ ਆਵੇ ਉਹ ਫਿਰ ਇਸ ਨੂੰ ਡਿਕਟੇਟ ਨਹੀਂ ਕਰਨਗੇ ਪਰ ਉਸ ਤੋਂ ਬਾਹਰ ਆ ਨਹੀਂ ਸਕਦੇ ਕਿਉਂਕਿ ਜਿਹੜਾ ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਹੈ ਉਸ ਤੋਂ ਬਿਨਾ ਕਦੇ ਜੁਗਾਰਾ ਹੀ ਕੋਈ ਨਹੀਂ ਸਾਰਾ ਸੰਸਾਰ ਇੱਕ ਮੰਡੀ ਹੈ ਸਾਰਾ ਸੰਸਾਰ ਇੱਕ ਪਿੰਡ ਹੈ ਕਹਿੰਦੇ ਇਸ ਲਈ ਜੇ ਉਹਦੇ ਮੈਂਬਰ ਰਹਿਣਾ ਹੈ ਤਾਂ ਕਹਿੰਦੇ ਸਾਨੂੰ ਇਹ ਕਾਨੂੰਨ ਲਾਗੂ ਕਰਨੇ ਪੈਣੇ ਨੇ ਇਹ ਕਾਨੂੰਨ ਬਣਾਏ ਨੇ ਅਗਲੀ ਗੱਲ ਇਹ ਹੈ ਕਿ 2017 ਨੇ ਵੀ ਥੋੜਾ ਯਾਦ ਕਰਾਵਾਂ ਸ਼ੰਤਾ ਕੁਮਾਰ ਕਮੇਟੀ ਹਿਮਾਚਲ ਪ੍ਰਦੇਸ਼ ਦਾ ਚੀਫ ਮਿਨਿਸਟਰ ਹੈ ਸ਼ੰਤਾ ਕੁਮਾਰ ਭਾਰਤੀ ਜਨਤਾ ਪਾਰਟੀ ਨੇ 2014 ਚੋਣਾਂ ਜਿੱਤ ਕੇ ਸ਼ਾਂਤਕਮਰ ਕਮੇਟੀ ਬਣਾ ਦਿੱਤੀ ਗਈ। ਉਹਨੂੰ ਕਿਹਾ ਕਿ ਤੁਸੀਂ ਸਿਫਾਰਿਸ਼ਾ ਕਰੋ। ਐਫਸੀਆਈ ਜਿਹੜਾ ਇੱਕ ਚਿੱਟਾ ਹਾਥੀ ਹੈ ਕਹਿੰਦੇ ਕਲਪਸ਼ਨ ਬਹੁਤ ਹੈ। ਇਹ ਖਾ ਰਹੀ ਹੈ ਸਾਰੇ ਅਰਥਚਾਰੇ ਨੂੰ। ਇੱਕ ਤਾਂ ਇਹਦੇ ਬਾਰੇ ਸਿਫਾਰਿਸ਼ ਕਰੋ। ਦੂਜਾ ਜਿਹੜੀ ਸਰਕਾਰੀ ਖਰੀਦਿਆ ਐਮਐਸਪੀ ਬਾਰੇ ਸਿਫਾਰਿਸ਼ ਕਰੋ। 2017 ਦੀ ਜਿਹੜੀ ਸਿਫਾਰਿਸ਼ ਹੈ ਸ਼ਾਂਤਕਮਰ ਕਮੇਟੀ ਦੀ ਉਹ ਬਹੁਤ ਖਤਰਨਾਕ ਹੈ। ਬਹੁਤ ਕਿਸਾਨ ਵਿਰੋਧੀ ਹੈ। ਉਹਨੇ ਦੋ ਗੱਲਾਂ ਕਹੀਆਂ। ਇੱਕ ਤਾਂ ਗਏ ਐਫਸੀਆਈ ਨੂੰ ਖਤਮ ਕਰੋ ਇਹਦੀ ਕੋਈ ਲੋੜ ਨਹੀਂ ਹੁਣ। ਦੂਜੀ ਗੱਲ ਕਹੀ ਕਿ ਐਮਐਸਬੀ ਭਾਵੇਂ ਇੱਕਦਮ ਖਤਮ ਨਾ ਕਰੋ ਪਰ ਇਹਨੂੰ ਹੌਸਾ ਹੌਸਾ ਖਤਮ ਕਰਦੇ ਹੋ ਉਹਦਾ ਮੈਨਾ ਇਹ ਸੀ ਕਿ ਜੇ ਕੋਈ 25 ਜਾਂ 30 ਗੁੰਟਲ ਏਕੜ ਦੇ ਵਿੱਚੋਂ ਅਨਾਜ ਨਿਕਲਦਾ ਹੈ ਕਹਿੰਦਾ 10 ਗੁੰਟਲ ਖਰੀਦੋ ਬਾਕੀ ਸਾਰਾ ਖੁੱਲੀ ਮੰਡੀ 'ਚ ਵੇਚਣ ਦਿਓ ਇਹ ਨੀਤੀ ਉਸਨੇ ਦਿੱਤੀ ਜਿਹੜੀ ਪਾਲਿਸੀ ਸੀ ਔਰ ਉਹ ਪਾਲਿਸੀ ਨੂੰ ਕੁਝ ਸੂਬਿਆਂ ਨੇ ਲਾਗੂ ਵੀ ਕੀਤਾ ਤਾਉ ਪੰਜਾਬ ਨੇ ਨਹੀਂ ਲਾਗੂ ਕੀਤਾ ਇਸ ਲਈ ਇਹ ਦੋਸ਼ ਦਾ ਆਧਾਰ ਸੀ ਸ਼ਾਂਤਕਮਰ ਕਮੇਟੀ ਔਰ ਵਿਸ਼ਵ ਵਪਾਰ ਜਥੇਬੰਦੀ ਇਨੋ ਦੇ ਤਹਿਤ ਜਿਹੜੇ ਆ 2020 ਦੇ ਵਿੱਚ ਆ ਕੇ ਮੋਦੀ ਨੇ ਤਿੰਨ ਕਾਨੂੰਨ ਬਣਾਏ ਕਹਿਣ ਨੂੰ ਤਾਂ ਕਿਹਾ ਕਿ ਬਹੁਤ ਵੱਡਾ ਇਨਕਲਾਬ ਖੇਤੀ ਜਵਾਰੀ 'ਚ ਬਹੁਤ ਵੱਡੀ ਤਬਦੀਲੀ ਆਏਗੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਊਗੀ ਪਰ ਉਸ ਤੋਂ ਉਲਟ ਹੋਣਾ ਹੈ ਕਹਿੰਦੇ ਪੰਜਾਬ ਤੇ ਹਰਿਆਣਾ ਇੱਕੋ ਹੀ ਦੋ ਸੂਬੇ ਨੇ ਜਿਨ੍ਹਾਂ ਦੀ 6% ਵਾਦੀ ਹੈ ਐਮ ਐਸ ਪੀ ਦੀ ਕਹਿੰਦੇ ਉਹਨਾਂ ਨੂੰ ਲੋੜ ਆ ਬਾਕੀ ਦੇਸ਼ 'ਤਾਂ ਐਮ ਐਸ ਪੀ ਐ ਨਹੀਂ ਤਾਂ 6% ਲੋਕਾਂ ਲਈ ਐਮ ਐਸ ਪੀ ਕਿਉਂ ਜਾਰੀ ਰੱਖਣੀ ਹੈ ਕਿਉਂਕਿ ਬਾਕੀ ਦੇਸ਼ ਦੇ ਵਿੱਚ ਜਾਗਰਤੀ ਨਹੀਂ ਨਾ ਉੱਥੇ ਸਰਕਾਰੀ ਮੰਡੀਆਂ ਨੇ ਨਾ ਉਹਨਾਂ ਵਿਚਾਰਾ ਨੂੰ ਐਮਐਸਪੀ ਦਾ ਪਤਾ ਹੈ ਪੰਜਾਬ ਦਾ ਕਿਸਾਨ ਲੜਾਕਾ ਹੈ ਸੰਘਰਸ਼ ਕਰਦਾ ਹੈ ਜੇ ਇੱਕ ਦਿਨਾਂ ਨਾਲਜ ਮੰਡੀ 'ਚ ਨਾ ਵਿਕੇ ਤੁਹਾਨੂੰ ਪਤਾ ਮੰਡੀਆਂ ਦਾ ਘਰਾਓ ਹੋ ਜਾਂਦਾ ਹੈ ਜਿਹੜੇ ਖਰੀਦ ਇਨਸਪੈਕਟਰ ਹੈ ਉਹਨਾਂ ਨੂੰ ਆਪਾਂ ਘੇਰ ਲੁੰਨੇ ਆ ਇੱਕ ਵੀ ਪਰਸੈਂਟ ਜੇ ਮੋਇਸਚਰ ਹੈ ਕੋਈ ਹੋਰ ਗੱਲ ਆਵੇ ਅਸੀਂ 1 ਰੁਪਿਆ ਵੀ ਕਟ ਐਮਐਸਪੀ ਰੋ ਕਟ ਦੇਜਦੇ ਨਹੀਂ ਪੰਜਾਬ ਤੇ ਹਰਿਆਣਾ ਹੀ ਕਿਹਸਾ ਸੂਬਾ ਸੀ ਜਦੋਂ ਇਹ ਕਾਨੂੰਨ ਬਣਾਏ ਤਾਂ ਪੰਜਾਬ ਤੇ ਹਰਿਆਣਾ ਹੀ ਸਭ ਤੋਂ ਅੱਗੇ ਵਧ ਕੇ ਆਇਆ ਕਿਉਂਕਿ ਮੇਨ ਜਿਹੜੀ ਚੇਤਨਾ ਨੰਦ ਦੇ ਵਿੱਚ ਮੇਨ ਐਮ ਐਸ ਪੀ ਔਰ ਸਰਕਾਰੀ ਖਰੀਦ ਹੈ ਇਹ ਸਰਕਾਰੀ ਮੰਡੀਰਾਂ ਢਾਚਾ ਹੀ ਪੰਜਾਬ ਦੇ ਅੰਦਰ ਸੀ ਇਸ ਲਈ ਇਹਨਾਂ ਨੇ ਲੜਾਈ ਇੱਥੋਂ ਸ਼ੁਰੂ ਕਰਨੀ ਸੀ ਬਾਕੀ ਦੇਸ਼ ਦੇ ਵਿੱਚ ਹੈ ਹੀ ਨਹੀਂ ਬਾਕੀ ਦੇਸ਼ ਦੇ ਲੋਕ ਤਾਂ ਜਿਹੜੇ ਭਾਵੇਂ ਉਹ ਸਾਰੀਆਂ ਜਿਹੜੀਆਂ ਫਸਲਾਂ ਨੇ ਸਾਰੇ ਦੇਸ਼ 'ਚ ਇੱਕਸਾਰ ਨਹੀਂ ਹੁੰਦੀਆਂ ਦੱਖਣ 'ਚ ਕੋਈ ਹੋਰ ਫਸਲਾਂ ਹੁੰਦੀਆਂ ਨੇ ਪਰਲੇ ਪਾਸੇ ਜਿਹੜਾ ਪੱਛਮ ਹੈ ਉਹਦੇ ਵਿੱਚ ਕੋਈ ਹੋਰ ਫਸਲਾਂ ਹੁੰਦੀਆਂ ਨੇ ਉਹਨਾਂ ਨੂੰ ਵਿਚਾਰਾਂ ਨੂੰ ਐਮ ਐਸ ਪੀ ਮਿਲਦੀ ਨੇ ਉਹ ਆਪਣੇ ਪਾਸ ਜਿਹੜੀ ਕੋਈ ਮੰਡੀ ਦੇ ਵਿੱਚ ਖਰੀਦਦਾਰ ਆ ਗਿਆ ਉਹ ਆਪਣੇ ਪਾਸ ਖਰੀਦੇ ਚਲਾ ਗਿਆ ਇਹੀ ਕਾਰਨ ਹੈ ਕਿ ਬਿਹਾਰ ਹੋਵੇ ਬੰਗਾਲ ਹੋਵੇ ਆਂਧਰਾ ਪ੍ਰਦੇਸ਼ ਹੋਵੇ ਦੂਜੇ ਸੂਬੇ ਹੋਣ ਉੱਥੇ ਫਸਲਾਂ ਮਿੱਟੀ ਦੇ ਪਾਸ ਵਿਕਦੀਆਂ ਨੇ ਰੂਧੀਆਂ ਨੇ ਫਸਲਾਂ ਉਹਨਾਂ ਨੂੰ ਪਤਾ ਹੀ ਨਹੀਂ ਤਾਂ ਇਹ ਕਾਨੂੰਨ ਐਸੇ ਬਣਾਏ ਕਿ ਸਾਰਾ ਇਹਦਾ ਫਾਇਦਾ ਵੱਡੋ ਕਹਿੰਦੇ ਪੰਜਾਬ ਦੇ ਹਰੜੇ ਵਿੱਚ ਵੀ ਹਟਾਓ ਇਸਨੂੰ ਤੇ 100 ਮੰਡੀ ਬਣਾ ਦਿਓ ਅਸੀਂ ਕਹਿੰਦੇ ਮੰਡੀ ਤਾਂ ਪਹਿਲਾਂ ਹੀ ਸੀ ਸਾਰਾ ਦੇਸ਼ ਜਿਹੜਾ ਇੱਕੋ ਹੀ ਮੰਡੀ ਪਹਿਲਾਂ ਸਾਡੇ ਪਰ ਐ ਸੀ ਕੋਈ ਪਾਬੰਦੀ ਨਹੀਂ ਕਿ ਅਸੀਂ ਪੰਜਾਬ ਤੋਂ ਹਰਿਆਣਾ ਚ ਨਾ ਫਸਲ ਵੇਚੀਏ ਹਰਿਆਣਾ ਤੋਂ ਜਾ ਕੇ ਯੂਪੀ ਚ ਨਾ ਵੇਚੀਏ ਇਹ ਤਾਂ 1976 ਜੀ ਖਤਮ ਹੋ ਗਿਆ ਸੀ ਇਹ ਵੀ ਗੁੰਮਰਾ ਕੀਤਾ ਜਾ ਰਿਹਾ ਹੈ ਦੂਜਾ ਗੁੰਮਰਾ ਇਹ ਵੀ ਕੀਤਾ ਕਿ ਜੇ ਬਰਾਬਰ ਮੰਡੀ ਬਣਾ ਦਵਾਂਗੇ ਤਾਂ ਕਿਸਾਨ ਨੂੰ ਇਹ ਖਰਚੇ ਬੜੇ ਘਟ ਜਾਣਗੇ ਸਾਡੇ ਖਰਚੇ ਤਾਂ ਮੰਡੀਆਂ ਚ ਹੈ ਨਹੀਂ ਜਿਹੜਾ ਖਰੀਦ ਕਰਦਾ ਹੈ ਮੰਡੀ ਦੇ ਵਿੱਚ 8.5% ਖਰਚਾ ਉਹਨੂੰ ਦੇਣਾ ਪੈਂਦਾ ਹੈ 164 ਰੁਪਏ ਸਾਨੂੰ ਨਹੀਂ ਦੇਣਾ ਪੈਂਦਾ ਸਾਨੂੰ ਤਾਂ ਥੋੜਾ ਖਰਚਾ ਤਲਾਈ ਵਗੈਰਾ ਦੇਣਾ ਪੈਂਦਾ ਹੈ ਜਾਂ ਸਫਾਈ ਕਰਵਾਣ ਦਾ ਇਹ ਵੀ ਅੱਖਾਂ 'ਚ ਘਟਾ ਪਾ ਪਾਇਆ ਜਾ ਰਿਹਾ ਹੈ ਇਸ ਲਈ ਉਹ ਖੇਤੀਬਾੜੀ ਜਿਹੜੀ ਖੇਤੀਬਾੜੀ ਦੇਸ਼ ਦੀ ਆਰਥਿਕਤਾ ਦਾ ਧੁਰਾ ਸੀ ਦੇਖੋ ਕੋਈ ਟਾਈਮ ਸੀ ਤੁਸੀਂ ਬਜ਼ੁਰਗ ਬੈਠੇ ਹੋ ਜਦੋਂ ਮਾਰੂ ਖੇਤੀ ਹੁੰਦੀ ਸੀ ਇਹ ਨਾ ਹਰਾਨਿਕਲਾਬ ਆਇਆ ਸੀ ਨਾ ਟਰੈਕਟਰ ਸੀ ਨਾ ਮਸ਼ੀਨਰੀ ਸੀ ਨਾ ਕੀੜੇ ਮਾਰ ਦਵਾਈਆਂ ਸਨ ਸਾਡੇ ਪੱਲੇ ਪੈਸੇ ਹੁੰਦੇ ਸੀ ਕੋਈ ਬੈਂਕਾਂ ਤੋਂ ਕਰਜ਼ਾ ਨਹੀਂ ਸੀ ਲੈਂਦਾ ਕੋਈ ਕਰਜ਼ਾਈ ਨਹੀਂ ਸੀ ਕਿਤੇ ਕੋਈ ਖੁਦਕੁਸ਼ੀ ਨਹੀਂ ਸੀ ਸੁਣੀ ਇਹ ਕੇਵਲ ਹਰਾਨਿਕਲਾਬ ਆਉਣ ਤੋਂ ਬਾਅਦ ਜਿਹੜਾ 1967 ਦੇ ਵਿੱਚ ਆਇਆ ਮਸ਼ੀਨਰੀ ਆਈ ਨਵੇਂ ਬੀਜ ਆਏ ਨਵੀਆਂ ਦਵਾਈਆਂ ਆਈਆਂ ਉਹ ਅਸੀਂ ਅਪਣਾਇਆ ਔਰ ਇੱਕ ਵਾਰ ਦਾ ਉਤਪਾਦਨ ਬਹੁਤ ਵਧਿਆ ਕਿਸਾਨਾਂ ਦੀ ਆਮਦਨ ਵੀ ਵਧੀ ਪਰ ਆਸਤਾ ਆਸਤਾ ਹੋਇਆ ਕਿ ਕਿਹੜੀਆਂ ਲਾਗਤ ਕੀਮਤਾਂ ਸਨ ਟਰੈਕਟਰਾਂ ਦੀਆਂ ਕੀਮਤਾਂ ਕਿੱਥੇ ਗਈਆਂ ਕੀੜੇ ਮਾਰ ਦਵਾਈਆਂ ਜਿਹੜੀਆਂ ਮਨਸੈਂਟੋ ਜਾਂ ਸਜੈਂਟਾ ਵਰਗੀ ਕੰਪਨੀਆਂ ਜਿਨ੍ਹਾਂ ਪਰ ਮਨੋਪਲੀ ਹੈ ਉਹ ਬਣਾਉਂਦੀਆਂ ਨੇ ਉਹਨਾਂ ਦੇ ਰੇਟ ਦੇਖੋ ਕਿੱਥੇ ਚੜਦੇ ਨੇ ਸਰਕਾਰ ਰੋਕਦੀ ਨਹੀਂ ਜਿਹੜੀਆਂ ਲਾਗਤ ਕੀਮਤਾਂ ਸਾਨੂੰ ਚਾਹੀਦੀਆਂ ਨੇ ਉਹ ਕਾਰਖਾਨਿਆਂ 'ਚ ਬਣਦੀਆਂ ਨੇ ਉਹਨਾਂ ਦੇ ਕੀਮਤਾਂ ਦੇ ਕੋਈ ਰੋਕ ਨਹੀਂ ਉਹ ਜਿਸ ਤਰ੍ਹਾਂ ਮਰਜ਼ੀ ਕੀਮਤਾਂ ਵਧਾਈ ਜਾਣ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਦੇ ਉੱਪਰ ਰੋਕ ਹੈ ਉਹ ਸਰਕਾਰ ਨੀयत ਕਰਦੀ ਐ ਸੀ ਨੀਤ ਨਹੀਂ ਕਰਦੇ ਨੀयत ਵੀ ਉਹ ਕਰਦਾ ਹੈ ਖੇਤੀਬਾੜੀ ਪ੍ਰਾਈਸ ਕਮਿਸ਼ਨ ਜਿਹੜਾ ਸਰਕਾਰ ਦਾ ਬਣਾਇਆ ਹੋਇਆ ਹੈ ਜਿਹਦਾ ਖੇਤੀਬਾੜੀ ਨਾਲ ਕੋਈ ਤੱਲਕ ਨਹੀਂ ਜਿਹਦੇ ਵਿੱਚ ਸਾਡੇ ਕੋਈ ਨਮਾਇंदे ਨਹੀਂ ਉਹ ਠੀਕ ਕੈਲਕੂਲੇਸ਼ਨ ਨਹੀਂ ਕਰਦਾ ਸਾਡੀਆਂ ਫਸਲਾਂ ਨੇ ਭਾਅ ਤੈਅ ਕਰਦਾ ਹੋਇਆ ਇਹ ਉਹਨਰ ਤਰਦ ਕਰਦਾ ਹੈ ਇਹ ਮੈਂ ਕਹਿੰਦਾ ਕਾਨੂੰਨ ਹੀ ਧਰਤੀ ਦਾ ਕਾਨੂੰਨ ਨੇ ਕਿ ਪੈਦਾ ਕਰਨ ਵਾਲੇ ਨੂੰ ਉਸ ਦਾ ਅਧਿਕਾਰ ਹੀ ਨਾ ਹੋਵੇ ਕਿ ਆਪਣੀ ਫਸਲ ਦਾ ਭਾਈਨਾ ਤੈਅ ਕਰ ਸਕੇ ਹਰ ਦੁਕਾਨਦਾਰ ਤੁਸੀਂ ਜੇ ਟੁੱਥ ਪ੍ਰਿੰਸ ਦਿੱਦੋ ਉਹ ਕਹਿੰਦਾ ਇਸ ਦਾ ਰੇਟ ਇੰਨਾ ਤੋਂ ਘੱਟ ਮੈਂ ਦੇਣੀ ਨਹੀਂ ਤਾਂ ਇਹ ਕਾਨੂੰਨ ਕਿਸਾਨਾਂ ਲਈ ਕਦੇ ਵੀ ਨਹੀਂ ਬਣਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਾ ਸਿਰਫ ਕਦੇ ਜ਼ਿਕਰ ਹੋਇਆ ਇਸ ਲਈ ਇਹ ਬਹੁਤ ਹੀ ਵੱਡਾ ਕਿਸਾਨੀ ਦੇ ਉੱਪਰ ਖੇਤੀਬਾੜੀ ਦੇ ਉੱਪਰ ਹਮਲਾ ਹੀ ਨਹੀਂ ਕੋਰ ਬੇਇਨਸਾਫੀ ਕੋਰ ਅਨਿਆਇ ਜਿਹੜੀ ਸਰਕਾਰਾਂ ਕਰਦੀਆਂ ਆ ਰਹੀਆਂ ਨੇ سرمਾਈਦਾਰੀ ਨੀਤੀ ਦੇ ਉੱਪਰ ਚਲਦੀਆਂ ਹੋਈਆਂ ਇਹੀ ਕਾਰਨ ਹੈ ਕਿ ਖੇਤੀਬਾੜੀ ਜਿਹੜੀ 1970-75 ਦੇ ਵਿੱਚ ਸਾਢੇ ਉਸ ਦੇ ਵਿੱਚ ਬਜਟ ਦਾ 40% ਇਸ ਉੱਪਰ ਖਰਚਾ ਹੁੰਦਾ ਸੀ ਸਾਰੇ ਬਜਟ ਦਾ ਆ ਹੈਰਾਨੀ ਆ ਜਿਹੜਾ ਬਜਟ ਹੁਣ ਆਇਆ ਜੇ ਥੋੜੇ ਦਿਨ ਪਹਿਲਾਂ ਪਹਿਲਾਂ 5% ਖਰਚ ਕਰਦਾ ਸੀ ਹੁਣ 1% ਖਰਚਾ ਇਸ ਦੇ ਉੱਪਰ ਵੀ ਘਟਾ ਦਿੱਤਾ ਗਿਆ 4% ਰਹਿ ਗਿਆ ਜੇ ਐਡਾ ਵੱਡਾ ਖੇਤੀਬਾੜੀ ਸੈਕਟਰ ਜਿਹੜਾ ਦੇਸ਼ ਦੀ ਆਰਥਿਕਤਾ ਦਾ ਧੁਰਾ ਹੋਵੇ 80% ਲੋਕ ਸਿੱਧੇ ਜਾਂ ਅਸਿੱਧੇ ਰੂਪ ਪਰ ਨਿਰਭਰ ਹੋਣ ਤੁਸੀਂ ਬਜਟ ਦਾ 4% ਖਰਚਾ ਕਰੋ ਉਹ ਜਿੰਦਾ ਕਿਸ ਤਰ੍ਹਾਂ ਰਹਿ ਸਕਦੀ ਹੈ ਇਹੀ ਕਾਰਨ ਹੈ ਕਿ ਖੇਤੀਬਾੜੀ ਆਪਣੀ ਬਹੁਤ ਵੱਡੇ ਸਾਡੇ ਕੁੱਲ ਕਰੇਲੂ ਉਤਪਾਦਨ ਦਾ ਬਹੁਤ ਵੱਡਾ ਹਿੱਸਾ ਪਾਉਂਦੀ ਸੀ 70-75 ਤੋਂ ਪਹਿਲਾਂ ਅੱਜ ਹਿੱਸੇਦਾਰੀ ਬੜੀ ਘਟ ਗਈ ਹੈ 70 75% ਕੰਮ ਕਰਨ ਵਾਲੇ ਲੋਕਾਂ ਦੀ ਦੇਸ਼ ਦੇ ਉਤਪਾਦਨ ਜਿਹੇ ਹਿੱਸੇਦਾਰੀ 13% ਤੋਂ ਵੀ ਘਟ ਹੈ 13% ਤੋਂ ਵੀ ਦੂਜੇ ਪਾਸੇ ਜਿਹੜੇ ਸਰਵਿਸ ਪੇਸ਼ਾ ਲੋਕ ਨੇ ਜਿਹੜੇ ਕੇਵਲ 27-28% ਨੇ ਉਨਾ ਦੇ ਉਤਪਾਦਨ ਦੇ ਵਿੱਚ ਹਿੱਸੇਦਾਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ 60% ਆ 60% ਤਾਂ ਕਾਰਨ ਕੀ ਹੈ ਮੈਂ ਇੱਕੋ ਹੀ ਦਲੀਲ ਦੇਣੀ ਹੈ ਕਿ ਜਿਹੜਾ ਉਤਪਾਦਨ ਹੈ ਜਾਂ ਦੇਸ਼ ਦੀ ਆਰਥਿਕਤਾ ਹੈ ਉਹ ਕੰਪਿਊਟਰਾਂ ਦੇ ਵਿੱਚ ਨਹੀਂ ਉਹਦਾ حساب کتاب ਉਹਨਾਂ ਦਾ ਹਿਸਾਬ ਹੀ ਕਰਨਗੇ ਜੇ ਕੋਈ ਅਨਾਜ ਪੈਦਾ ਹੋਣਾ ਹੈ ਖੇਤਾਂ 'ਚੋਂ ਪੈਦਾ ਹੋਣਾ ਹੈ ਤੇਲ ਪੈਦਾ ਹੋਣਾ ਹੈ ਖੇਤਾਂ 'ਚੋਂ ਪੈਦਾ ਹੋਣਾ ਹੈ ਕਪਾਹ ਪੈਦਾ ਹੋਣੀ ਹੈ ਖੇਤ 'ਚੋਂ ਪੈਦਾ ਹੋਣੀ ਹੈ ਕੋਈ ਵੀ ਚੀਜ਼ ਜਿਹੜੀ ਧਰਤੀ 'ਚੋਂ ਪੈਦਾ ਹੋਣੀ ਹੈ ਕਿਸਾਨ ਨੇ ਪੈਦਾ ਕਰਨੀ ਹੈ ਕੰਪਿਊਟਰ ਨੇ ਪੈਦਾ ਨਹੀਂ ਕਰਨੀ ਜੇ ਤੁਸੀਂ ਦੇਖੋ ਵਿਕਾਸ ਦੇਸ਼ ਦਾ ਬੜਾ ਹੋ ਰਿਹਾ ਹੈ ਵੀ ਸਰਵਿਸ ਸੈਕਟਰ ਬੜਾ ਅੱਗੇ ਵੱਧਦਾ ਜਾ ਰਿਹਾ ਹੈ ਗਰੋਥ ਐਡੀ ਵੱਧ ਰਹੀ ਹੈ ਉਹ ਜਿਹੜਾ ਗਰੋਥ ਦਾ ਇੰਜਨ ਹੈ ਤਾਂ ਉਹ ਹਿਸਾਬ ਦਾ ਕਰ ਦੇਗਾ ਪਰ ਉਹ ਪੈਦਾ ਨਹੀਂ ਕਰੇਗਾ ਪੈਦਾ ਕਰਨ ਵਾਲੇ ਤਾਂ ਮਰ ਰਹੇ ਐ ਖਪਤਕਾਰ ਵੀ ਮਰ ਰਹੇ ਐ ਇੱਥੇ ਆਪਾਂ ਪੈਦਾ ਕਰਨ ਵਾਲੇ ਨੂੰ ਵੀ ਕੁਝ ਨਹੀਂ ਮਿਲਦਾ ਜਿਹੜਾ ਉਸ ਨੂੰ ਲੈ ਕੇ ਖਾਂਦਾ ਉਹਨੂੰ ਵੀ ਕਈ ਗੁਣਾ ਜ਼ਿਆਦਾ ਮਿਲਦਾ ਜਾ ਕੇ ਉਹੀ ਜਿੰਸ ਐ ਅਸੀਂ ਮੰਡੀ ਦੇ ਵਿੱਚ ਜਾ ਕੇ ਚਾਹੇ ਤੁਸੀਂ ਆਲੂ 2 ਰੁਪਏ ਵੇਚੋ 4 ਰੁਪਏ ਵੇਚੋ ਪਰ ਜੇ ਚਿਪਸ ਖਰੀਦਣੀਆਂ ਕਿੰਨੀ ਮਹਿੰਗੀ ਖਰੀਦੋਗੇ ਉਸ ਦੀ ਹੋਰ ਵੀ ਜਿਹੜੀ ਪ੍ਰੋਸੈਸਿੰਗ ਤੋਂ ਬਾਅਦ ਸਾਰੀਆਂ ਚੀਜ਼ਾਂ ਮਹਿੰਗੀਆਂ ਮਿਲਣੀਆਂ ਖਪਤਕਾਰ ਨੂੰ ਇਹ ਜਿਹੜਾ ਵਿੱਚ ਪਾੜਾ ਹੈ ਸਾਡੀ ਖੇਤੀਬਾੜੀ ਦੀਆਂ ਲਾਗਤਾਂ ਔਰ ਸਾਡੀ ਖੇਤੀਬਾੜੀ ਦੀ ਉਪਜ ਇਹਨਾਂ ਦੀ ਕੀਮਤਾਂ 'ਚ ਬਹੁਤ ਵੱਡਾ ਪਾੜਾ ਪੈ ਗਿਆ ਇਹ ਪਾੜੇ ਨੇ ਸਾਨੂੰ ਕਰਜ਼ਾਈ ਬਣਾਇਆ ਅਸੀਂ ਮੁੱਖ ਤੌਰ ਤੇ ਬੜੀ ਬੜੀ ਬਿਆਨ ਦਿੱਤੇ ਸਰਕਾਰ ਕੋਲ ਵੀ ਕਿਹਾ ਕਿ ਤੁਸੀਂ ਐਮਐਸਪੀ ਨਾ ਮਦਾਓ ਰਹਿਣ ਦਿਓ ਐਮਐਸਪੀ ਸਾਨੂੰ ਇੰਨੀ ਬਹੁਤ ਆਇਆ ਪਰ ਮੁਕਾਬਲੇ ਜਿਹੜੀ ਖੇਤੀਬਾੜੀ ਲਾਗਤਾਂ ਨੇ ਜਿਹੜਾ ਕਾਰਖਾਨੇ ਦਾ ਰਬਣਾਉਂਦਾ ਉਹਨਾਂ ਦੇ ਉੱਪਰ ਰੋਕ ਲਾਓ ਉਹ ਉਸਨ ਪਾਧਰ ਨਾਲ ਹੀ ਵਧਣ ਜਿਹੜੇ ਉਤਪਾਦ ਨਾਲ ਸੜੀ ਖੇਤੀਬਾੜੀ ਦੀਆਂ ਫਸਲਾਂ ਦੇ ਭਾਅ ਵਧਣ ਇਹਦੇ ਵਿੱਚ ਐਡਾ ਪਾੜਾ ਕਿਉਂ ਇਹ ਪਾੜੇ ਦਾ ਹੀ ਕਾਰਨ ਹੈ ਵੀ ਸਾਨੂੰ ਕਰਜ਼ੇ ਹੀ ਕੀਤਾ ਜਾ ਰਿਹਾ ਹੈ ਔਰ ਇਹ ਕਾਨੂੰਨ ਹੈ ਜਿਹੜੇ ਇਸ ਮਨੋਰਥ ਨਾਲ ਲਿਆਂਦੇ ਗਏ ਹੈ ਜਿਹੜਾ ਬੇਸਿਕ ਕਾਰਨ ਹੈ ਇਹ ਮਨੋਰਥ ਨਾਲ ਲਿਆਂਦੇ ਗਏ ਹੈ ਕਿ ਇਹ ਕਾਰਪੋਰੇਟ ਸੈਕਟਰ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਹੁਣ ਤੱਕ ਹੋਰ-ਹੋਰ ਖੇਤਰਾਂ ਦੇ ਵਿੱਚ ਤਾਂ ਸੀ ਉਹ ਰੇਲਵੇ ਦੇ ਵਿੱਚ ਵੀ ਨੇ ਉਹ ਐਲਆਈਸੀ ਦੇ ਵਿੱਚ ਵੀ ਨੇ ਉਹ ਬੈਂਕਿੰਗ ਦੇ ਵਿੱਚ ਵੀ ਨੇ ਬਾਕੀ ਸਾਰੇ ਸੈਕਟਰਾਂ ਚ ਨੇ ਉਹ ਕੋਈ ਸੈਕਟਰ ਛੱਡਿਆ ਨਹੀਂ ਉਹ ਕਹਿੰਦੇ ਸੀ ਸਾਨੂੰ ਖੇਤੀਬਾੜੀ ਸੈਕਟਰ ਦੋ ਜੇ ਅਨਾਜ ਔਰ ਪਾਣੀ ਵਰਲਡ ਦਾ ਸਭ ਤੋਂ ਵੱਡਾ ਮੁੱਦਾ ਹੈ ਕਹਿੰਦੇ ਜੇ ਆਉਣ ਵਾਲੀ ਜਿਹੜੀ ਤੀਸਰੀ ਸੰਸਾਰ ਜੰਗ ਹੈ ਉਹ ਇਹਨਾਂ ਮੁੱਦਿਆਂ ਦੇ ਉੱਪਰ ਲੜੀ ਜਾਣੀ ਹੈ ਸਾਰੇ ਵਰਲਡ ਦੇ ਜਿਹੜੇ ਕਾਰਪੋਰੇਟ ਘਰਾਣੇ ਅਮੀਰ ਦੇਸ਼ ਉਹ ਇਹਨਾਂ ਦਾ ਕੇਂਦਰੀਕਰਨ ਤੇ ਕਰਨ ਲੱਗੇ ਹੋਏ ਆ ਵੀ ਕਿਸ ਤਰ੍ਹਾਂ ਵੱਡੀਆਂ ਜ਼ਮੀਨਾਂ ਕਾਬਜ਼ ਕਰਕੇ ਅਨਾਜ ਤੇ ਕਬਜ਼ਾ ਕਰਕੇ ਇੱਕ ਮੁਠੀ ਚ ਲਈਏ ਤਾਂ ਕਿ ਅਸੀਂ ਸਾਰੇ ਸੰਸਾਰ ਨੂੰ ਗੁਲਾਮ ਬਣਾ ਸਕੀਏ ਸਾਡੇ ਦੇਸ਼ ਦੇ ਅੰਦਰ ਇਹ ਕਾਰਪੋਰੇਟ ਘਰਾਣੇ ਜਾਂ ਦਾਨੀਆ ਬਾਨੇ ਇਹ ਭਾਵੇਂ ਸਾਰੀ ਰਿਲਾਇੰਸ ਇਹਨਾਂ ਦੇ ਪੰਪ ਨੇ ਟੈਲੀਫੋਨ ਹੈ Jio ਹੈ ਸਾਰਾ ਨੇ ਗੁਲਾਮ ਬਣਾਇਆ ਅੱਜ ਖੇਤੀਬਾੜੀ ਦੇ ਉੱਪਰ ਲੱਗੇ ਹੋਏ ਨੇ ਕਿ ਇਹ ਸੈਕਟਰ ਜਿਹੜਾ ਇੱਕ ਬਚਾਇਆ ਸੀ ਇਹ ਸਾਡੇ ਹਵਾਲੇ ਕਰੋ ਤੁਸੀਂ ਸਾਰਾ ਸਰਕਾਰ ਕੋਲ ਦਾ ਪੈਸਾ ਨਹੀਂ ਕਿ ਇਹਦੇ ਵਿੱਚ ਪੂੰਜੀ ਨਿਵੇਸ਼ ਕਰੇ ਪੈਸਾ ਲਾਉਂਦੀ ਨਹੀਂ ਸਰਕਾਰ ਤਾਂ ਵੀ ਅਸੀਂ ਪੈਸਾ ਲਵਾਵਾਂਗੇ ਸਾਨੂੰ ਬਹੁਤ ਬਹੁਤ ਵੱਡੇ ਫਾਰਮ ਬਣਾ ਕੇ 10000 ਏਕੜ ਤੋਂ ਕਹਿੰਦੇ ਘੱਟ ਨਾ ਹੋਵੇ ਕਿਉਂਕਿ ਅਮਰੀਕਾ ਜਿਹੜੇ ਫਾਰਮ ਨੇ 50 5000 ਏਕੜ ਤੱਕ 1 ਲੱਖ ਏਕੜ ਤੱਕ ਦੇ ਫਾਰਮ ਨੇ ਕਹਿੰਦੇ ਦੇਸ਼ ਦੇ ਵਿੱਚ 10000 ਏਕੜ ਤੋਂ ਘੱਟ ਕਲਸਟਰ ਨੂੰ ਕਿਹਾ ਜਾਂਦਾ ਉਸ ਤੋਂ ਘੱਟ ਲੰਗੇ ਦੇ ਫਾਰਮ ਹੋਵੇ ਫਿਰ ਦੇਖੋ ਕਹਿੰਦੇ ਖੇਤੀਬਾੜੀ ਦਾ ਵਿਕਾਸ ਕਿਸਤਰਾ ਹੁੰਦਾ ਹੈ ਇਹ ਜਿਹੜੇ ਛੋਟੇ ਕਿਸਾਨ ਨੇ ਕਹਿੰਦੇ 2 ਏਕੜ ਵਾਲੇ 5 ਏਕੜ ਵਾਲੇ ਇਹਨਾਂ ਨੂੰ ਵਿਚਾਰਾਂ ਨੂੰ ਛੁੱਟੀ ਕਰੋ ਸਾਡੇ ਫਾਰਮਾਂ 'ਚ ਕੰਮ ਕਰਨ ਦਿਓ ਜਾਂ ਕਾਰਖਾਨਿਆਂ 'ਚ ਕੰਮ ਕਰਨ ਦਿਓ ਖੇਤੀਬਾੜੀ ਦਾ ਕਹਿੰਦਾ ਵਿਕਾਸ ਹੋ ਜਾਏਗਾ ਇਹਦੇ ਤਹਿਤ ਕਾਨੂੰਨ ਲਿਆਉਂਦੇ ਨੇ ਇਹਨੂੰ ਕਿਹਾ ਜਾਂਦਾ ਹੈ ਕੰਟਰੈਕਟ ਫਾਰਮਿੰਗ ਸਾਨੂੰ ਬਹਿਸ ਕਰਦੇ ਹੋਏ ਖੇਤੀਬਾੜੀ ਮੰਤਰੀ ਕਹਿੰਦਾ ਕਹਿੰਦਾ ਤੁਹਾਡੇ ਉੱਪਰ ਠੋਸੀ ਨਹੀਂ ਠੇਕੇ ਦੇ ਉੱਪਰ ਜ਼ਮੀਨਾਂ ਦਾ ਕੰਮ ਕਿਹਨੇ ਕਿਸਾਨ ਪਹਿਲਾਂ ਵੀ ਦੇ ਰਹੇ ਆ ਅਸੀਂ ਕਹਾਂ ਠੋਸ ਹੀ ਨਹੀਂ ਪਰ ਪ੍ਰੋਵੀਜ਼ਨ ਹੈ ਕਿ ਸਰਕਾਰ ਠੇਕੇ ਨਾਲ ਕਲਸਟਰ ਬਣਾ ਕੇ ਛੋਟੇ ਕਿਸਾਨਾਂ ਨੂੰ ਕਹੇਗੀ ਭਾਵੇਂ ਮਾਲਕੀ ਤੁਹਾਡੀ ਰਹਿਣੀ ਹੈ ਤੁਸੀਂ 20 ਸਾਲ ਲਈ 30 ਸਾਲ ਲਈ ਆਹ 2-4 ਪਿੰਡਾਂ ਦੀ ਜ਼ਮੀਨ ਇਕੱਠੀ ਕਰੋ ਇਹ ਕਾਰਪੋਰੇਟ ਕਰਾਣੇ ਅਦਾਨੀ ਨੂੰ ਦੋ ਉਹਦੀ ਮਸ਼ੀਨਰੀ ਵੀ ਹੋਏਗੀ ਦਵਾਈਆਂ ਦੀ ਫੈਕਟਰੀ ਵੀ ਉੱਥੇ ਲਾਏਗਾ ਪ੍ਰੋਸੈਸਿੰਗ ਦੀ ਫੈਕਟਰੀ ਵੀ ਉੱਥੇ ਲਾਊਗਾ ਕਹਿੰਦੇ ਰੋਜ਼ਗਾਰ ਦਊਗਾ ਤੁਸੀਂ ਜਾ ਕੇ ਉਹਦੇ کارਖਾਨੇ 'ਚ ਕੰਮ ਕਰੋ ਔਰ ਉਸ ਤੋਂ ਬਾਅਦ 20-30 ਸਾਲ ਤੋਂ ਬਾਅਦ ਉਹਦਾ ਮਾਲਕ ਵੀ ਬਣੂਗਾ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਬਾਹਰ ਵਿਚਾਰੇ ਐਨ ਆਰ ਆਈ ਰਹਿੰਦੇ ਨੇ ਵਿਦੇਸ਼ਾਂ ਦੇ ਵਿੱਚ ਉਹ ਆਪਣੀ ਜ਼ਮੀਨਾਂ ਦੀ ਜਮ੍ਹਾਂ ਮੰਦੀਆਂ ਹਰ 6 ਮਹੀਨੇ ਲੈਣਾ ਹੁੰਦੇ ਨੇ ਇੱਥੇ ਕਹਿੰਦੇ ਜੇ 6 ਮਹੀਨੇ ਬਾਅਦ ਜਮ੍ਹਾਂ ਮੰਦੀ ਨਾ ਲਈਏ ਤਾਂ ਪਟਵਾਰੀ ਗਰਬੜ ਕਰ ਲਿੰਦਾ ਸਾਡੀ ਮਾਲਕੀ ਰਹਿੰਦੀ ਨਹੀਂ ਜੇ ਵੱਡਾ ਕਾਰਪੋਰੇਟ ਘਰਾਣਾ ਜਿਹਦੇ ਪੈਸੇ ਦਾ ਕੋਈ ਅੰਤ ਨਹੀਂ ਉਹ 20 ਆ 30 ਸਾਲ ਦੀ ਜ਼ਮੀਨ ਤੇ ਕਬਜ਼ਾ ਹੋ ਜਾਵੇ ਤਾਂ ਸਾਡੀ ਮਾਲਕੀ ਕਿਸ ਤਰ੍ਹਾਂ ਰਹੇਗੀ ਮਾਲਕੀ ਦਾ ਰਹਿਣੀ ਨਹੀਂ ਇਸ ਲਈ ਇੱਕ ਤਾਂ ਇਹ ਹੈ ਇਸ ਦੇ ਤਹਿਤ ਦੂਜਾ ਕਹਿੰਦੇ ਜਖੀਰੇਬਾਜੀ ਖੋਲ ਦਿਓ ਜੇ ਅਨਾਜ ਦੇ ਉੱਪਰ ਐਸੀ ਪਾਬੰਦੀ ਸੀ ਵੀ ਇਸ ਲਿਮਿਟ ਤੋਂ ਜ਼ਿਆਦਾ ਕੋਈ ਇਸ ਨੂੰ ਜਮਾ ਨਹੀਂ ਕਰ ਸਕਦਾ ਕਹਿੰਦੇ ਉਹ ਪਾਬੰਦੀ ਵੀ ਹਟਾਓ ਅਸੀਂ ਕਹਿੰਦੇ ਵੱਡੇ ਸਟੋਰ ਬਣਾਵਾਂਗੇ ਮੋਗਾ ਮੋਗੇ ਕੋਲ ਕਿੰਨਾ ਵੱਡਾ ਬਣਾਇਆ ਸਟੋਰ ਹੈ ਜਿਹੜਾ ਮੇਰਾ ਖਿਆਲ ਕਿੰਨੇ ਪਿੰਡਾਂ ਦਾ ਅਨਾਜ ਉੱਥੇ ਜਮਾ ਕਰ ਸਕਦਾ ਹੈ ਜਿਹੜੇ ਮਾਲ ਬਣਾਇਨਾ ਬਹੁਤ-ਬਹੁਤ ਵੱਡੇ ਜਦੋਂ ਇਹ ਰਿਟੇਲ ਦੇ ਵਿੱਚ ਪਰਚੂਨ ਦੇ ਵਿੱਚ ਆਇਆ ਸੀ ਨਾ ਜਿਹਨੂੰ ਕਹਿੰਦੇ ਵਿਦੇਸ਼ੀ سرمਾਇਆ ਤਾਂ ਬੜਾ ਦਾ ਵਿਰੋਧ ਕੀਤਾ ਸੀ ਵੀ ਵੱਡੇ-ਵੱਡੇ ਮਾਲ ਨਾ ਬਣਾਓ ਚੰਡੀਗੜ੍ਹ ਦੇ ਕਿੰਨੇ ਵੱਡੇ ਮਾਲ ਨੇ ਹਰ ਥਾਂ ਵੱਡੇ ਮਾਲ ਨੇ ਉਹਨਾਂ ਦੇ ਵਿੱਚ ਕੀ ਹੈ ਇੱਕ ਸੂਈ ਤੋਂ ਲੈ ਕੇ ਕਾਰ ਤੱਕ ਖਰੀਦ ਲੋ ਵਿੱਚ ਬੜ ਕੇ ਜਿੰਨਾ ਮਰਜੀ ਖਰੀਦ ਨਹੀਂ ਜਾਓ ਤਾਂ ਸਾਰਿਆਂ ਨੇ ਵਿਰੋਧ ਕੀਤਾ ਕਿ ਵਿਚਾਰੇ ਛੋਟੇ ਦੁਕਾਨਦਾਰ ਛੋਟੇ ਰੇੜੀਆਂ ਵਾਲੇ ਛੋਟੀਆਂ ਦੁਕਾਨਾਂ ਵਾਲੇ ਤਾਂ ਉਹਨਾਂ ਦੇ ਕੀ ਬਣੂਗਾ ਸਰਕਾਰ ਨੇ ਕੋਈ ਪਰਵਾਹ ਨਹੀਂ ਕੀਤੀ ਇਸ ਤਰ੍ਹਾਂ ਹੀ ਖੇਤੀਬਾੜੀ ਦੇ ਵਿੱਚ ਜਿਹੜੇ ਛੋਟੇ ਕਾਰੋਬਾਰ ਕਰਨ ਵਾਲੇ ਛੋਟੇ ਕਿਸਾਨ ਆਪਣਾ ਪਰਿਵਾਰ ਵੀ ਪਾਲਦੇ ਨੇ ਰੁਜ਼ਗਾਰ ਵੀ ਉਹਦੇ ਵਿੱਚ ਹੈ ਸਰਕਾਰ ਰੁਜ਼ਗਾਰਤਾ ਦਿੰਦੀ ਨੇ ਕਰੋਨਾ ਦੇ ਵਿੱਚ ਹੀ 10 ਕਰੋੜ ਲੋਕ ਬੇਰਜ਼ਗਾਰ ਹੋਏ ਦੇਸ਼ ਚ ਬਹੁਤ ਵੱਡੀ ਬੇਰਜ਼ਗਾਰੀ ਹੈ ਸਰਕਾਰ ਦਾ ਜਿਹੜਾ ਰੋਜ਼ਗਾਰ ਸੀ ਵੀ ਸਰਕਾਰੀ ਖੇਤਰਾਂ ਦੇ ਵਿੱਚ ਤੁਸੀਂ ਪਤਾ ਹੈ ਕਿ ਉੱਥੇ ਕੰਪਿਊਟਰਾਈਜੇਸ਼ਨ ਕਰਕੇ ਮੁਲਾਜ਼ਮ ਕੱਢ ਰਹੀ ਹੈ ਰੋਜ਼ਾਨਾ ਨਵਾਂ ਰੋਜ਼ਗਾਰ ਕਿਸੇ ਨੂੰ ਨਹੀਂ ਦੇ ਰਹੀ ਜੇ ਖੇਤੀਬਾੜੀ ਕੇਸਾ ਸੈਕਟਰ ਹੈ ਪੜੇ ਲਿਖੇ ਮੁੰਡਿਆਂ ਨੂੰ ਕੋਈ ਹੋਰ ਰੋਜ਼ਗਾਰ ਨਾ ਮਿਲੇ ਤਾਂ ਆਪਣੀ ਖੇਤੀਬਾੜੀ ਦਾ ਅਗਲੇ ਲੱਗ ਜਾਂਦੇ ਨੇ ਉਸ ਤੋਂ ਵੀ ਹਟੋਣਾ ਚਾਹੁੰਦੇ ਵੀ ਉਹ ਵੀ ਖਤਮ ਕਰੋ ਉਹ ਵੀ ਉਹਨਾਂ ਦੇ ਹਵਾਲੇ ਕਰੋ ਤਾਂ ਐਡੀ ਵੱਡੀ ਭਿਆਨਕ ਬੇਰਜ਼ਗਾਰੀ ਦੇਸ਼ ਚ ਫਲਾ ਕੇ ਤਾਂ ਇਹਨਾਂ ਲੋਕਾਂ ਨੂੰ ਕਿੱਥੇ ਐਡਜਸਟ ਕਰਨਗੇ ਇਹ ਵੀ ਬਹੁਤ ਵੱਡਾ ਸਵਾਲ ਹੈ ਇਸੇ ਲਈ ਉਹ ਇਹ ਨੀਤੀ ਬੜੀ ਤੇਜ਼ੀ ਨਾਲ ਲਿਆ ਰਹੇ ਆ ਕਿਸ ਦਾ ਨਿੱਜੀਕਰਨ ਕਰੋ ਸਬਸਿਡੀਆਂ ਵੀ ਖਤਮ ਕਰਦੇ ਹੋ ਆ ਜਿਹੜਾ ਕਹਿੰਦੇ ਨੇ ਵੀ ਤੁਹਾਡੇ ਖਾਤਿਆਂ 'ਚ ਡਾਇਰੈਕਟ ਪੈਸੇ ਪਾਵਾਂਗੇ ਅਸੀਂ ਕਹਿੰਦੇ ਵੀ ਖਾਦ ਦੇ ਪਰ ਸਬਸਿਡੀ ਟਰੈਕਟਰਾਂ ਤੇ ਬਿਜਲੀ ਤੇ ਇਹਨੂੰ ਰਹਿਣ ਦਿਓ ਬਿਜਲੀ ਸੌਧ ਬਿੱਲ ਵੀ ਇਹੀ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਬਾਅਦ 'ਚ ਪੈਸੇ ਦਿਵਾਵਾਂਗੇ ਪਹਿਲਾਂ ਬਿੱਲ ਸਾਰੇ ਭਰ ਦਿਓ ਜਿਵੇਂ ਗੈਸ ਸਿਲੰਡਰ ਦਾ ਹੈ ਉਹ ਕਿਸੇ ਦੇ ਨਹੀਂ ਬਾਅਦ 'ਚ ਦੇਣੇ ਕਿਹੜਾ ਛੋਟਾ ਕਿਸਾਨ ਐਸਾ ਹੋਏਗਾ ਜੇ 4 ਆ ਰੇ 5 ਮੋਟਰਾਂ ਹੋਣ 2 ਮੋਟਰਾਂ ਹੋਣ ਉਹ ਹਰ ਮਹੀਨੇ 10000 ਰੁਪਏ ਪਹਿਲਾਂ ਕੈਸ਼ ਦਵੇ ਤੇ ਫਿਰ ਸਰਕਾਰ ਵੱਲ ਦੇਖਦਾਰ ਕਿ ਮੇਰੇ ਖਾਤੇ 'ਚ ਪੈਸੇ ਪਾਊਗੀ ਸਰਕਾਰ ਨੇ ਪਾਉਣੇ ਨਹੀਂ ਮੋਦੀ ਦਾ 15 ਲੱਖ ਰੁਪਏ ਪਹਿਲਾਂ ਪਾਉਣਾ ਚਾਹੁੰਦਾ ਸੀ ਉਸ ਤੋਂ ਵੀ ਝੂਠ ਬੋਲ ਕੇ ਪਿੱਛੇ ਹਟ ਗਿਆ ਹੁਣ ਇੱਕ ਵੀ ਨਹੀਂ ਦੇਣਾ ਚਾਹੁੰਦਾ ਸੋ ਇਹ ਕਹਿ ਕੇ ਕਿ ਉਹ ਸਬਸਿਡੀ ਨੂੰ ਖਤਮ ਕਰਕੇ ਅਸੀਂ ਜਿਹੜੀ ਡਾਇਰੈਕਟ ਟ੍ਰਾਂਸਫਰ ਸਬਸਿਡੀ ਕਹਿੰਦਾ ਵੀ ਉਹ ਖਾਤੇ 'ਚ ਪਾਵਾਂਗੇ ਇਹਦੇ ਕਰਕੇ ਉਹ ਵੀ ਖਤਮ ਕਰਨਾ ਚਾਹੁੰਦਾ ਸੋ ਬਹੁਤ ਹੀ ਗੰਭੀਰ ਹਮਲਾ ਹੈ ਇਸ ਨੂੰ ਇੰਨਾ ਸਧਾਰਨ ਤੌਰ ਦੇ ਉੱਪਰ ਨਾ ਲਿਆ ਜਾਵੇ ਜੇ ਇਹ ਲਾਗੂ ਹੋ ਜਾਂਦੇ ਨੇ ਤਿੰਨ ਕਾਨੂੰਨ ਵੀ ਮੈਂ ਕਹਿੰਦਾ ਲਾਗੂ ਹੋਣ ਤੋਂ ਬਾਅਦ ਹੋਰ ਬਹੁਤ ਖਤਰਨਾਕ ਕਾਨੂੰਨ ਆਣਗੇ ਅਸੀਂ ਤਾਂ ਹੀ ਇਹਨਾਂ ਦਾ ਵਿਰੋਧ ਕੀਤਾ ਸੀ ਵੀ ਗੈਰ ਸੰਵਧਾਨਕਤਾ ਹੈ ਹੀ ਨੇ ਪਰ ਜੇ ਲਾਗੂ ਹੋ ਗਏ ਮੋਦੀ ਨੇ ਪਿਛੇ ਬਿਆਨ ਦੇ ਤਾ ਪਾਰਲੀਮੈਂਟ 'ਚ ਕਿ 2 ਸਾਲ ਲਾਗੂ ਕਰਕੇ ਦੇਖ ਲਓ ਤੁਸੀਂ ਜੇ ਇਹਦੇ ਵਿੱਚ ਕੋਈ ਮਾੜਾ ਹੋਇਆ ਤਾਂ ਆਪਾਂ ਵਿਚਾਰ ਕਰ ਲਾਂਗੇ ਜੇ 2 ਸਾਲ ਲਾਗੂ ਹੋ ਜਾਣ ਉਹਨਾਂ ਕੋਲ ਜ਼ਮੀਨਾਂ ਚਲੀਆਂ ਜਾਣ ਸਰਕਾਰੀ ਮੰਡੀਆਂ ਦੇ ਮੁਕਾਬਲੇ ਪ੍ਰਾਈਵੇਟ ਮੰਡੀਆਂ ਖੁੱਲ ਜਾਣ ਇਹ ਦੋ ਚੀਜ਼ਾਂ ਖਤਮ ਹੋ ਜਾਣਗੀਆਂ ਕੋਈ ਨਹੀਂ ਬਚੇਗੀ ਪਿੱਛੇ ਪ੍ਰਾਈਵੇਟ ਹੀ ਰਹਿ ਜਾਣੀਆਂ ਉਹਨਾਂ ਦੇ ਜਿਹੜੀਆਂ ਮੰਡੀਆਂ ਹੋਣਗੀਆਂ ਉਹਨਾਂ ਦੇ ਹਵਾਲੇ ਤੇ ਦੂਜੇ ਪਾਸੇ ਵੱਡੇ ਫਾਰਮਰ ਹੀ ਰਹਿ ਜਾਣਗੇ 2 ਸਾਲਾਂ ਤੋਂ ਬਾਅਦ ਫੇਰ ਨਾ મોદી ਤੁਹਾਨੂੰ ਮਿਲਣਾ ਨਾ મોદી ਦੇ ਖਾਤੇ ਕੋਈ ਲੜਾਈ ਹੋਣੀ ਪਤਾ ਨਹੀਂ ਕਿਹੜੇ ਮੰਦਰ ਜਾ ਕੇ ਨਾ ਬੈਠਣਾ ਉਸ ਤੋਂ ਬਾਅਦ ਇਹ ਧੋਖਾ ਕਰ ਰਿਹਾ ਸਾਡੇ ਨਾਲ ਇਹ ਧੋਖੇ ਦੇ ਵਿੱਚ ਅਸੀਂ ਆਉਣ ਵਾਲੇ ਨਹੀਂ ਅਸੀਂ 11 ਗੇੜ ਦੀ ਗਲਬਾਤ ਦੀ ਮੀਟਿੰਗ ਦੇ ਵਿੱਚ ਉਸ ਨੂੰ ਹਰਾਇਆ ਇਹ ਤੋਂਮਰ ਪਾਰਲੀਮੈਂਟ ਦੇ ਝੂਠਾ ਬਿਆਨ ਦਿੰਦਾ ਹੈ ਅਸੀਂ ਉਹਨੂੰ ਹਰਾਇਆ ਬੋਲ ਕੇ 10-10 ਘੰਟੇ ਬਹਿਸ ਕਰਕੇ ਕਿ ਤੇਰੇ ਕਾਨੂੰਨ ਇਹਨਾਂ ਇਹਨਾਂ ਥਾਵਾਂ ਤੇ ਗਲਤ ਨੇ ਤੇਰੇ ਖੂਨ ਗੈਰ ਸੰਵਧਾਨਿਕ ਨੇ ਤੈਨੂੰ ਅਧਿਕਾਰ ਹੀ ਨਹੀਂ ਤੂੰ ਖੇਤੀਬਾੜੀ ਜਿਹੜੀ ਸੂਬਿਆਂ ਦਾ ਵਿਸ਼ਾ ਹੈ ਕੇਂਦਰ ਨੂੰ ਕੋਈ ਅਧਿਕਾਰ ਨਹੀਂ ਕੇਦਰ ਉੱਪਰ ਕੋਈ ਕਾਨੂੰਨ ਬਣਾਵੇ ਤੂੰ ਕਾਨੂੰਨ ਗਲਤ ਬਣਾਏ ਜੇ ਅੱਜ ਇਹ ਰਸਤਾ ਖੋਲਦੀ ਏ ਤਾਂ ਸੂਬਿਆਂ ਦੇ ਅਧਿਕਾਰ ਦਾ ਪਹਿਲਾਂ ਪੰਚਾਇਤਾਂ ਸਮਾਨ ਹੈ ਕਿਹੜਾ ਸੂਬਿਆਂ ਨੂੰ ਅਧਿਕਾਰ ਹੈ ਕੱਲ ਪੂਲਵਾਮਾ ਸੀ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਸੀ ਤੁਸੀਂ ਵੀ ਮੋਮਬਤੀਆਂ ਵਾਲ ਕੇ ਬੈਠੇ ਜੰਮੂ ਕਸ਼ਮੀਰ ਨਾਲ ਕੀ ਹੋਇਆ ਕਸ਼ਮੀਰ ਦੇ ਬਲਾਰੇ ਇੱਥੇ ਆਉਂਦੇ ਨੇ ਜੋ ਉਹਨਾਂ ਦਾ ਦਰਦ ਹੈ ਸੁਣਿਆ ਨਹੀਂ ਜਾਂਦਾ 370 ਖਤਮ ਕੀਤੀ 34 ਇਹ ਖਤਮ ਕੀਤੀ Hindu Rashtra ਬਣਾਉਣ ਦੀ ਨੀਤੀ ਦੇ ਤਹਿਤ ਕਸ਼ਮੀਰੀ ਦੀ ਸਾਰੀ ਆਜ਼ਾਦੀਆਂ ਖਤਮ ਕਰ ਦਿੱਤੀਆਂ ਗਿਆ ਕੱਲ ਮੈਂ ਬੋਲਦੇ ਇੱਥੇ ਕਿਹਾ ਮੈਂ ਜੇ ਕਸ਼ਮੀਰ ਦੇ ਵਿੱਚ ਇੱਕ ਇੱਕ ਆਦਮੀ ਦੇ ਨਾਲ ਇੱਕ ਇੱਕ CRPF ਦਾ ਜਵਾਨ ਵੀ ਖੜਾ ਦਿਓ ਤਾਂ ਕਸ਼ਮੀਰ 'ਚ ਸ਼ਾਂਤੀ ਕਦੇ ਨਹੀਂ ਬਹਾਲ ਹੋਏਗੀ ਸ਼ਾਂਤੀ ਉਦੋਂ ਬਹਾਲ ਹੋਣੀ ਹੈ ਜਦੋਂ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੇ ਛਾਵਾ ਉਹਨਾਂ ਦੇ ਜਜ਼ਬੇ ਉਹਨਾਂ ਅਨੁਸਾਰ ਫੈਸਲੇ ਕਰੋਗੇ ਔਰ ਕਸ਼ਮੀਰ ਦਾ ਮਸਲਾ ਹੱਲ ਹੋਏਗਾ ਨਹੀਂ ਤਾਂ ਸਰਹੱਦਾਂ ਦੇ ਉੱਪਰ ਇਸ ਤਰ੍ਹਾਂ ਹੀ ਸਾਡੇ ਜਿਹੜੇ ਕਿਸਾਨਾਂ ਦੇ ਬੇਟੇ ਨੌਜਵਾਨ ਨੇ ਉਹ ਸ਼ਹੀਦ ਹੁੰਦੇ ਰਹਿਣਗੇ ਜਾਵੇ ਭਾਜਪਾ ਦਾ ਆਰਐਸਐਸ ਦੇ ਵਰਕਰ ਇਹ ਤਾਂ ਜਾਣਦੇ ਨੇ ਇਹ ਤਾਂ ਸੈਂਟਰ 'ਚ ਬੈਠ ਕੇ ਨੀਤੀ ਬਣਾਉਂਦੇ ਨੇ ਕਿ ਨਹੀਂ ਜੇ ਇਹ ਇੱਕ ਹਿੰਦੂ ਰਾਸ਼ਟਰਾ ਹੋ ਤਾਂ ਇਸ ਨਾਲ ਜਿਹੜਾ ਦੇਸ਼ ਹੈ ਉਹਦੀ ਬਰਬਾਦੀ ਹੋ ਰਹੀ ਹੈ ਖੇਤੀ ਦੀ ਵੀ ਬਰਬਾਦੀ ਹੋ ਰਹੀ ਹੈ ਇਹਨਾਂ ਨੀਤੀਆਂ ਦੇ ਖਿਲਾਫ ਡਟ ਕੇ ਜਵਾਬ ਦੇਣਾ ਹੈ ਸੋ ਮੈਂ ਤੁਹਾਡਾ ਸਮਾਂ ਤਾਂ ਲਿਆ ਕਿ ਇਹਦਾ ਇੱਕ ਪਛੋਕੜ ਹੈ ਜੇ ਪਛੋਕੜ ਸਮਝਾਂਗੇ ਨਹੀਂ ਤਾਂ ਸਾਨੂੰ ਇਹ ਲੱਗੇਗਾ ਕਿ ਸ਼ਾਇਦ ਕੋਈ ਆਚਨ ਚੇਤ ਭਾਰੀ ਪੱਥਰ ਸਾਡੇ ਉੱਪਰ ਟਿਕਿਆ ਹੈ ਇਹ ਬੜੀ ਵੱਡੀ ਪਾਲਿਸੀ ਦਾ ਸੱਟਾ ਸੀ ਇਹਨਾਂ ਪਾਲਿਸੀ ਦੇ ਖਿਲਾਫ ਹੀ ਲੜਾਈ ਲੜਨੀ ਹੈ ਭਾਵੇਂ ਮੁੱਦਾ ਅਜਿਹੜਾ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਹੈ ਪਰ ਇਹ ਪਾਲਿਸੀ ਸਾਮਰਾਜੀ ਵਿਸ਼ੂਈ ਕਰਨ ਦੀ سرمਾਈਦਾਰ ਨੀਤੀਆਂ ਆਰਥਿਕ ਪੱਖੀ ਨੀਤੀਆਂ ਆਰਥਿਕ ਸੁਧਾਰ ਦੀਆਂ ਨੀਤੀਆਂ ਇਹ ਦੇਸ਼ ਦਾ ਬੇੜਾਗਰ ਕਰੀਆਂ ਨੇ ਇਹਨਾਂ ਦੇ ਖਿਲਾਫ ਆਵਾਜ਼ ਬੰਦ ਕਰਨੀ ਹੈ ਲੋਕਾਂ ਦਾ ਇਕਾ ਕਰਨਾ ਲੜਾਈ ਤਕੜੀ ਕਰਨੀ ਹੈ ਜਦ ਤੱਕ ਇਹ ਨੀਤੀਆਂ ਖਤਮ ਨਹੀਂ ਹੁੰਦੀਆਂ ਇਹਨਾਂ ਨੂੰ ਪੁੱਠਾ ਜਿਹੜਾ ਨਹੀਂ ਤਾ ਜਾਂਦਾ ਇਹਨਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਇਹ ਸਾਰੇ ਮਾਮਲੇ ਭਾਵੇਂ ਕਿਸਾਨਾਂ ਦੇ ਹੋਣ ਮਜ਼ਦੂਰਾਂ ਦੇ ਹੋਣ ਮਲਾਜਾਂਵਾਂ ਦੇ ਹੋਣ ਇਹ ਹੱਲ ਨਹੀਂ ਹੋਣ ਵਾਲੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਡਟੇ ਰਹੋ ਮੋਰਚੇ ਨੂੰ ਬਹੁਤ ਬਲ ਮਿਲ ਰਿਹਾ ਹੈ ਹਰਿਆਣਾ ਵਿੱਚ ਰੋਜ਼ਾਨਾ ਬਹੁਤ ਵੱਡੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ ਯੂਪੀ ਵਿੱਚ ਮਹਾਪੰਚਾਇਤਾਂ ਹੋ ਰਹੀਆਂ ਨੇ ਸਾਰੇ ਦੇਸ਼ ਦੇ ਵਿੱਚ ਸੰਘਰਸ਼ ਜਿਹੜਾ ਵਿਗਲਿਆ ਹੈ ਉਹ ਬਹੁਤ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ ਵਰਲਡ ਪੱਧਰ ਦੇ ਪਰ ਵੀ ਸਾਰੇ ਦੇਸ਼ਾਂ ਦੇ ਜਿਹੜੇ ਤੁਹਾਡੀ ਪਿੱਠ ਦੇ ਉੱਪਰ ਖੜੇ ਐ ਔਰ ਦੇਰ ਔਰ ਸਵੇਰ ਇਸ ਮੋਦੀ ਨੂੰ ਇਹ ਖੇਤੀ ਕਾਨੂੰਨ ਰੱਦ ਕਰਨੇ ਪੈਣੇ ਨੇ ਐ ਐਮ ਐਸ ਪੀ ਦੇ ਕਾਨੂੰਨ ਬਣਾਣਾ ਬਣਾਉਣਾ ਪੈਣਾ ਤਾਂ ਹੀ ਆਪਣਾ ਇਹ ਅੰਦੋਲਨ ਆਪਸ ਨੂੰ ਜਿੱਤ ਕੇ ਕਰਾਉ ਨੂੰ ਵਾਪਸ ਜਾਵਾਂਗੇ ਔਰ ਜਿੱਤ ਦੇ ਡੰਕੇ ਵਜਾ ਕੇ ਖੇਤੀ ਕ ਨੂੰ ਰੱਦ ਕਰਾ ਕੇ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਬਣਾ ਕੇ ਹੀ ਜਿਹੜੀ ਤੁਹਾਡੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਐ ਉਸ ਨੇ ਤੋਨੋ ਮੁਖਾਤਬਾ ਹੋ ਕੇ ਉਹਨੇ ਪਿੱਛੇ ਨਹੀਂ ਹਟਣਾ ਉਹ ਜਮ ਕੇ ਫਰਮ ਹੋ ਕੇ ਖੜੀ ਹੈ ਭਾਵੇਂ ਉਹਦੇ ਖਿਲਾਫ ਜਿੰਨਾ ਮਰਜੀ ਭੰਡੀ ਪ੍ਰਚਾਰ ਕਰੋ ਬਹੁਤ ਲੋਕ ਆਉਂਦੇ ਨੇ ਪਰ ਮੈਂ ਦੱਸਣਾ ਚਾਹੁੰਦਾ ਉਹਨਾਂ ਦੇ ਇੱਕ ਆਗੂ ਹੋਣ ਦੇ ਨਾਤੇ ਕਿ ਅੱਜ 40 ਜਿਹੜੇ ਲੀਡਰ ਨੇ ਥੋੜੀ ਜਿਥੇ ਬੰਦੀਆਂ ਦੇ ਉਹ ਇਸ ਤਰ੍ਹਾਂ ਮੁਠੀ ਬੰਨ ਕੇ ਖੜੇ ਹੋਏ ਆ ਜਰਾ ਵੀ ਕੋਈ ਮਤਭੇਦ ਨਹੀਂ ਜਰਾ ਕਮਜ਼ੋਰੀ ਨਹੀਂ ਨਾ ਕੋਈ ਕਮਜ਼ੋਰੀ ਕੋਈ ਆਉਣ ਵਾਲੀ ਹੈ ਜਦ ਤੱਕ ਖੇਤੀਕ ਨੂੰ ਰਦ ਨਹੀਂ ਹੋਣਗੇ ਉਹ ਜਰਾ ਵੀ ਪਿੱਛੇ ਮੁੜਨਗੇ ਸਰਕਾਰ ਗੋਡੇ ਟੇਕੇਗੀ ਉਹ ਹਫ਼ਤੇ ਨੂੰ ਟੇਕੇ 10 ਨੂੰ ਟੇਕੇ ਮਹੀਨੇ ਨੂੰ ਟੇਕੇ ਜਿਤ ਲੋਕਾਂ ਦੀ ਹੋਣੀ ਹੈ ਲੜਨ ਵਾਲੇ ਲੋਕਾਂ ਦੀ ਹੋਣੀ ਹੈ ਇੰਨੀ ਬੇਨਤੀ ਕਰਕੇ ਥੋੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ